ਆ ਲੋ ਬਾਈ ਟਰੈਕਟਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ ਕਾਲੇ ਨੇ ਟਰੈਕਟਰ ਲਿਆਂਦਾ ਜਿਹੜਾ ਤਿਆਰ ਕਰਾਉਣਾ ਖੜਾਇਆ ਉਹਦਾ ਬਾਪੂ ਵਾਲਾ, ਮੂਹਰੇ ਲਿਖਾ ਵੀ ਦਿੱਤਾ ਬਾਪੂ ਵਾਲਾ। ਆ ਲਿਖਿਆ ਹੋਇਆ ਬਾਪੂ ਵਾਲਾ, ਚਾਰ ਹੌਰਨ ਲਵਾ ਤੇ। ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਆਰ 5 ਵਜੇ ਕੇ ਨਵਾਂ ਹੀ ਲੱਗਦਾ, ਕਹਿ ਨਹੀਂ ਸਕਦਾ ਕੋਈ ਵੀ ਪੁਰਾਣਾ ਟਰੈਕਟਰ ਤਿਆਰ ਹੋਇਆ ਹੈ। ਕਸਰ ਥੋੜੋ ਛੱਡੀ ਕੋਈ, ਪੁਰਾਣਾ ਦਿਖਾ ਸਹੀ ਗਿਆ ਚ ਹੈ, ਪੁਰਾਣਾ ਚੀਜ਼ ਦਾ ਇੱਕ ਵੀ ਚੀਜ਼ ਪਈ ਹੈ। ਅੱਛਾ ਦਿਖਾ ਪੂਰਾ ਟਰੈਕਟਰ ਹੁਣ। ਹੌਰਨ ਹੌਰਨ ਵਧੀਆ ਲਾਏ ਹੋਏ ਹਨ, ਹੌਰਨ ਚਾਰ ਹੌਰਨਾਂ ਤੇ ਬਾਈ ਆ ਪਹਿਲਾਂ ਟਾਇਰ ਦੇ, ਟਾਇਰ ਦੇਖੋ 750 ਦੇ ਟਾਇਰ, ਰਿਮ ਵੀ ਬਦਲਾਏ ਆ ਕਾਲੇ ਨੇ, ਪੁਰਾਣੇ ਰਿਮਾਂ ਪਰ ਚੜ੍ਹਨੇ ਨਹੀਂ ਤੇ ਉਹਦੇ ਪਰ 6 ਵਾਲੇ ਟਾਇਰ ਚੱਲਦੇ ਮੈਨੂੰ ਲੱਗਦਾ। ਅਤੇ ਆਹ ਨਵੇਂ ਸਟਿੱਕਰ ਲਾਤੇ ਨਵੇਂ ਟਰੈਕਟਰ ਜਿਹੜੇ ਆਉਂਦੇ ਐਕਸ ਪੀ ਪਲੱਸ ਵਾਲੇ, ਸਟਿੱਕਰ ਸਟੁੱਕਰ ਸਾਰੇ ਨਵੇਂ ਟਰੈਕਟਰ, 6 ਸਾਲ ਹਾਂ 6 ਸਾਲ ਦੀ ਗਰੰਟੀ ਵਾਲਾ, ਯਾਨੀ ਗਰੰਟੀ ਦੇ ਤਾਂ ਬਾਹਰ ਹੈ ਜੇ ਉਹ ਦੇਖਿਆ ਜਾਵੇ ਆਰ ਸੀ ਹਿਸਾਬ ਨਾਲ ਹੈਂ। ਮਿਲੋ ਜੀ ਜਸ਼ਨ ਨੂੰ, ਜਸ਼ਨ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ, ਜਸ਼ਨ ਵਧਾਈਆਂ ਬਾਈ, ਜਸ਼ਨ ਵਧਾਈਆਂ ਬਾਈ, ਪਾਰਟੀ ਹੋ ਗਈ ਤੁਹਾਡੇ ਵੱਲੋਂ, ਪਾਰਟੀ ਹੋ ਗਈ ਹੈਂ, ਹੋ ਤਾਂ ਗਈ ਫਿਰ ਕਰੋ ਵੀ, ਹੋ ਤਾਂ ਸਾਡੂ ਵੀ ਹੋ ਗਈ। ਮਗਰਾੜ ਬਾਈ ਪੁਰਾਣੇ ਰੱਖੇ ਗਲੇ ਨੇ, ਇਹਦਾ ਮਗਰਾੜ ਗਲਿਆ ਵੀ ਨਹੀਂ ਕੋਈ ਵੀ ਸਾਫ ਤਾਂ, ਹੈ ਨਾ ਸਾਫ ਤੇ, ਜੇ ਮਗਰਾੜ ਗਲਿਆ ਵਾ ਹੁੰਦਾ ਫਿਰ ਤਾਂ ਬਦਲਾ ਪਏ, ਠੀਕ ਨਹੀਂ ਹੁਣ ਨਵੇਂ ਮਗਰਾੜ ਤੇ ਵੀ ਸਾਫ ਪਏ। ਬਾਕੀ ਛਤਰੀ ਲਾਈ ਆ, ਲਾਈਟ ਲਾਈ ਆ, ਡੈਕ ਵੀ ਉਹਨਾਂ ਨੇ ਲਾਇਆ ਨਾ, ਹਾਂਜੀ ਹਾਂਜੀ ਡੈਕ ਵੀ ਉਹਨਾਂ ਨੇ ਲਾਇਆ, ਤੇ ਸੀਟ ਸੀਟ ਆ ਕਵਰ ਪਵਾਇਆ, ਬਾਕੀ ਸੀਟ ਵੀ ਨਵੀਂ ਲਵਾਈ, ਨਵੀਂ ਲਾਈ ਜੀ। ਅੱਛਾ ਸੀਟ ਤੁਸੀਂ ਲੈਂਦੀ ਸੀ ਪਹਿਲਾਂ? ਹਾਂ। ਪਾਵਰ ਕਿੱਥੇ ਦਾ ਕਰਾਇਆ ਦਾ? ਪਾਵਰ ਉੜੀ ਤੋਂ ਜਾਂ ਪਲਿਆਣ ਤੇ। ਅੱਛਾ ਫੀਸਾਂ ਲੈਂਦਾ ਦਾ ਨਾ, ਆਪ ਫੀਸਾਂ ਲੈਂਦਾ, ਕ੍ਰੋਮ ਵਾਲਾ ਲਾਤਾ ਸਲੰਸਰ ਵੀ ਹੈ, ਸਟਿੱਕਰ ਦੇਖ ਕੇ ਉਹ ਕਹਿੰਦੇ ਅਸੀਂ ਤਾਂ ਵੇਚਿਆ ਵੀ ਨਹੀਂ। ਚੱਲ ਵਧੀਆ ਬਣ ਗਿਆ ਬਾਕੀ ਬਾਈ, ਆਹ ਡੈਕ ਵੀ ਵਧੀਆ, ਪਿੱਛੇ ਫੋਟੋ ਲਾਏ ਵੀ ਆ, ਲਾਈਟ ਮਾਰ ਪਿੰਡਰ ਵਾਲੇ ਸੰਤਾਂ ਦੀ ਫੋਟੋ ਲਾ ਦਿੱਤੀ, ਚੰਪਦੀ ਪੂਰੀ ਲਾਈਟ ਬਣ ਗਈ ਜਸ਼ਨ। ਬਾਕੀ ਡੰਡੇ ਇਹਦੇ ਵਾਲੀਆਂ ਤੇ ਦੂਏ, ਹਾਂ ਦੂਏ ਤੇ ਚਾਰੇ ਇੰਡੀਕੇਟਰ ਲੱਗ ਜਾਂਦੇ ਹੈ, ਇੰਡੀਕੇਟਰ ਹੀ ਵਾਲਦੇ ਚਾਰੇ, ਆ ਫੋਟੋ ਵਾਲੀ ਲਾਈਟ ਵਾਲੀ ਫੋਟੋ ਵਾਲੀ ਆ ਕਰੀ ਬੰਦਾ ਫੋਟੋ ਵਾਲੀ, ਉਹ ਤਾਂ ਉਹੀ ਬਹੁਤ ਚਮਕਦੀ ਆ, ਹਾਂ ਪਹਿਲਾਂ ਮੈਨੂੰ ਐਂ ਤਾਂ ਲਾਈਟ ਵਾਲੀ ਆ ਕਿਤੇ, ਹੋਰ ਮੈਂ ਦੇਖ ਲਈ ਲਾਈਟਾਂ ਬਹੁਤ ਵਧੀਆ। ਵਧਾਈਆਂ ਹੋਵੇਗਾ ਬਾਈ, ਇੱਧਰ ਆ ਵੀ ਕਾਲਾ ਆ ਗਿਆ, ਅਸੀਂ ਕਰ ਕਾਲਾ ਪਿੱਛੇ ਲੁਕੀ ਜਾਂਦਾ, ਇਕਣਾ ਬਲ ਪਾਇਆ ਆਪਣਾ, ਦੋਹਾਂ ਦੀ ਤਾਂ ਹਾਂਡੀ ਸਿੱਧੀ ਹੁੰਦੀ ਆ, ਇਹਦੀ ਥੋੜੀ ਜਿਹੀ ਅੰਦਰ ਆ, ਸ਼ੋ ਖੋਲਣੇ ਕਰਕੇ ਬਲ ਪਾਇਆ ਵਾ, ਬਲ ਵੀ ਦੇਖ ਲੋ ਐਨ ਵਧੀਆ ਪ੍ਰੈਸ ਨਾਲ ਪਾਇਆ ਵਾ, ਕੋਈ ਕੱਟ ਨਹੀਂ, ਪ੍ਰੈਸ ਨਾਲ ਸਿਸਟਮ ਸਾਰਾ ਪ੍ਰੈਸ ਨਾਲ ਕਰਿਆ, ਬੈਂਪਰ ਲੰਬਾ ਕਹਿੰਦੇ ਤੇ ਬੈਂਪਰ ਫਸੂਗਾ ਪਏ, ਉਨੀ ਮੁੜਨ ਵੀ ਛੇਤੀ ਲੱਗ ਗਿਆ, ਜਦੋਂ ਮੁੜਨ ਵੀ ਛੇਤੀ ਜਦੋਂ ਮੁੜਨ ਲੱਗ ਗਿਆ, ਉਹ ਇੱਕ ਵਧਾ ਗਿਆ ਜਿਹੜਾ ਪਾਵਰ ਨਹੀਂ ਵਧਾ ਉਹਦੇ ਹੁੰਦਾ ਹੈ, ਜਦੋਂ ਆਪਾਂ ਉਨਾ ਪੂਰੀ ਕਟਿੰਗ ਵੀ ਨਹੀਂ ਹੁੰਦੀ, ਇਹਦੀ ਥੋੜਾ ਜਿਹਾ ਜ਼ਿਆਦਾ ਕਟਿੰਗ ਹੋ ਜਾਂਦੀ ਹੈ, ਤਾਂ ਵੀ ਮੁੜਨੇ ਦਾ ਫਰਕ ਪੈ ਜਾਂਦਾ, ਹਾਂ ਕਹਿੰਦੇ ਨਹੀਂ ਕਹਿੰਦੇ, ਹਾਂ ਹਾਂ ਜਿਕਣਾ ਥੋੜਾ ਹੀ ਨਹੀਂ ਹੋ ਜਾਂਦੀ ਕਟਿੰਗ, ਉਹਦੇ ਕਰਕੇ ਵੀ ਫਰਕ ਬਹੁਤ ਫਰਕ ਪਿਆ ਬਹੁਤ ਜ਼ਿਆਦਾ ਇਹਦਾ, ਯਾਰ ਮੈਂ ਕਹਿ ਮੈਂ ਕਿਤੇ ਇਹਦੀ ਅਲਾਈਨਮੈਂਟ ਟੋੜਾ, ਫਿਰ ਅੱਜ ਮੈਂ ਦੇਖੀ ਵੀ ਇਹ ਤਾਂ ਮਤਲਬ ਕਿ ਨਾ ਇੰਨੀ ਮੜਾਈ ਹੋ ਗਈ, ਟਾਇਰ ਨੂੰ ਖਿੱਚਦਾ ਟਰੈਕਟਰ ਜੇ ਆਰਾਮ ਤੇ ਮੁੜੂੰਗਾ ਠੀਕ ਹੈ, ਨਹੀਂ ਤੇ ਜੇ ਮੜਾ ਤਾਂ ਰੇਜ ਕਰਾਚ ਵਾ ਟਾਇਰ ਨੂੰ ਖਿੱਚਦਾ ਇਹ ਮੁੜਨ ਨੂੰ ਵੀ, ਕਟਾਈ ਦੀ ਜਗ੍ਹਾ ਥੋੜ੍ਹੀ ਜਿਹੀ ਟਾਇਰ ਪਿਛਲੇ ਜੋਰ ਮਾਰਦੇ ਉਹ ਫਰਕ ਪੈਂਦਾ ਹੈ ਨਾ,
चालू करना काली करके घर कल लिया नहीं कहने 15-20 दिन लिखी कदे पांच गणा आ गए तेन पता पिंड कदे कुछ इस करके थोड़ा समान फुट रेस्ट नहीं मिले ऐसा बापू हुण पूरा खुश ना ठीक है बापू दा भाई कहिंदे नी बापू कहिंदा हुण इहदा मुड़दा ही बहुत वधिया कहिंदा भाई हुण नहीं थकदा चाहे 10 किले होर करा दवा दो हुण नहीं कहिंदा थकदा ठीक है ठीक है अच्छ बहुत राला हो गया तेरंग बहुत राला इहदा बहुत फर्क पिया होया उपर बैठ के देखी सीट कवर भी दो 1500 का सीट कवर है छोटा पाना मर्जी दबी जा कोई फर्क नहीं लगे हुआ जी रंग करन क्योंकि रंग वाली मशीन अपने को पई थी बाड़े दे विच उसका लाहा लेन लगे हुए तो अगे नई उपर काला रंग का वो इनू ना मार काले रंग पर फिर लग जाना रंग होर फिर ठीक है घोड़ी तो काली कर गया था मैं आहो काला रंग घटा पाया वा उसे पतला ही करे पता वो हूं ना पा इधर कर ला ला रंग थाले भी कर ले थाले पर लगे हुए जी रंग मान सीधे कर ला फिर फाले हूं थाले वो इधर अंदर मार उदे वो एंगल के अंदर नहीं होया वा रंग ओली एंगल दे भी नहीं होया वा हाले तो बन गए हैं हाले तो सुगे तो एन बन गया हाले की वो कसर रही हले क्या नहीं बन जाने दिखती एंगल थले हाँ मैं सुन दे आहो सुा के मार दी इधर काला रहा मैं मारदा अंदरली साइड
ਪੇਂਟਰ ਸਾਹਿਬ ਜੀ ਨੰਬਰ ਬੋਲ ਦੀ ਬਾਈ ਹੁਣ ਜੇ ਕਿ ਬਾਈ ਕਿਸੇ ਦੇ ਰੰਗ ਕਰਾਉਣਾ ਸਾਹਿਬ ਜੀ ਉਹਨੂੰ ਕੰਟੈਕਟ ਕਰੋ ਗਰੰਟੀ ਕੋਈ ਨਹੀਂ ਗਰੰਟੀ ਕੋਈ ਨਹੀਂ ਕਹਿਣਾ ਜੇ ਸਮਾਨ ਮੰਗੂ ਗਰੰਟੀ ਕੋਈ ਨਹੀਂ ਡਿੱਗ ਗਿਆ ਹੱਥ ਡਿੱਗ ਗਿਆ ਕਹਿੰਦਾ ਬਾਈ ਲਓ ਜੀ ਸਾਹਿਬ ਜੀ ਉਸ ਨੇ ਟਰੈਕਟਰ ਦੀ ਉਹ ਫੋਟੋ ਲਾਈ ਵੀ ਬਕਸੇ ਪਿੱਛੇ ਅਤੇ ਉੱਪਰ ਲਿਖਿਆ ਵਾ ਨੋ ਫਾਰਮਰ ਨੋ ਫੂਡ ਲੰਬੜਦਾਰ ਆਹ ਡੈੱਕ ਲਾਇਆ ਵਾ ਬਾਈ ਇਹਨੇ ਬਕਸਾ ਦੇਖ ਲਓ ਕਿੱਡਾ ਲਾਇਆ ਵਾ ਅਤੇ ਆਹ ਹੋਰਨ ਚੱਲਦਾ ਕਰਿਆ ਵਾ ਨਹੀਂ ਮੈਨੂੰ ਲੱਗਦਾ ਇਹ ਵੀਲ ਲਾਏ ਵੀਲ ਤਾਰਾ ਸਿੰਘ ਬਿਲਕੁਲ ਜ਼ਰੂਰ ਕੱਢਦੀ ਲੋ ਬਈ ਫਾਲਿਆਂ ਨੂੰ ਤਾਂ ਹੇਠਾਂ ਹੇਠਾਂ ਹੋ ਗਿਆ ਜਿੱਥੇ ਜਿੱਥੇ ਲਾਲ ਰੰਗ ਹੋਣਾ ਤਾਂ ਅਤੇ ਉੱਪਰ ਘੋੜੀ ਨੂੰ ਅਤੇ ਇੱਧਰ ਸਾਈਡ ਵਾਲੇ ਪੈਪ ਨੂੰ ਕਾਲਾ ਰੰਗ ਕਰਨਾ ਹੈ ਅਤੇ ਉੱਧਰ ਸੁਹਾਗਾ ਚੱਕਿਆ ਵਾ ਬਾਈ ਸਾਹਿਬ ਜੀ ਉਹਨੇ ਉੱਪਰ ਅਤੇ ਉਹਦੇ ਰਹਿੰਦਾ ਜਿੱਥੇ ਜਿੱਥੇ ਸੁਹਾਗੇ ਦੇ ਉਹ ਲੱਗਿਆ ਵਾ ਕਰਨ ਮਸ਼ੀਨ ਪਈ ਤੀ ਬਾਈ ਲੋਟ ਆ ਗਿਆ ਕੰਮ ਸਾਹਿਬ ਜੀ ਉਹਦਾ ਸਿੱਧੇ ਕਰੀਏ